ਸਰਨਪੇਰ ਪਰ ਸਤਿ ਸ਼੍ਰੀ ਅਕਾਲ ਅੱਜ ਮੈਂ ਤੁਹਾਡੇ ਨਾਲ ਇੱਕ ਬਹੁਤ ਹੀ ਵਧੀਆ ਘਰੇਲੂ ਨੁਸਖਾ ਸ਼ੇਅਰ ਕਰੂੰਗੀ ਇਹ ਨੁਸਖਾ ਜੇ ਤੁਸੀਂ ਬਣਾ ਕੇ ਲੈਨੇ ਹੋ ਤਾਂ ਪਹਿਲੇ 15 ਤੋਂ 20 ਦਿਨਾਂ ਦੇ ਵਿੱਚ ਹੀ ਤੁਹਾਨੂੰ ਇਹਦਾ ਅਸਰ ਨਜ਼ਰ ਆਊਗਾ ਕਿਉਂਕਿ ਇਹ 100% ਫਾਇਦਾ ਕਰਦਾ ਆ ਜੇ ਦੇਖੋ ਤੁਸੀਂ ਮਾਈਗਰੇਨ ਤੋਂ ਪਰੇਸ਼ਾਨ ਹੋ ਜਾਂ ਸਿਰ ਦੇ ਦਰਦ ਤੋਂ ਪਰੇਸ਼ਾਨ ਹੋ ਕਈ ਵਾਰੀ ਕੀ ਹੁੰਦਾ ਕਿ ਸਿਰ ਦੇ ਵਿੱਚ ਅੱਧਾ ਦਰਦ ਰਹਿੰਦਾ ਆ ਜਾਂ ਸਵੇਰੇ ਉੱਠਦਿਆਂ ਆਪਾਂ ਉੱਠਦਿਆਂ ਸਾਰ ਸ਼ਿਕਾ ਆਣੀਆਂ ਸ਼ੁਰੂ ਹੋ ਜਾਂਦੀਆਂ ਐ ਸ਼ਿਕਾ ਦੇ ਨਾਲ ਜ਼ੁਕਾਮ ਲੱਗ ਜਾਂਦਾ ਜੁਕਾਮ ਲੱਗਣ ਤੋਂ ਬਾਅਦ ਸਿਰ ਦੇ ਵਿੱਚ ਦਰਦ ਹੋਣ ਲੱਗ ਜਾਂਦਾ ਆ ਉਹ ਜਿਹੜਾ ਸਿਰ ਚ ਦਰਦ ਹੁੰਦਾ ਆ ਉਹ ਰੇਸ਼ੇ ਦੇ ਕਾਰਨ ਹੋਣਾ ਸ਼ੁਰੂ ਹੋ ਜਾਂਦਾ ਆ ਜਾਂ ਗਰਦਨ ਚ ਦਰਦ ਰੰਦਾ ਕਈ ਵਾਰੀ ਕੀ ਹੁੰਦਾ ਕਿ ਸਾਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਇਹਨਾਂ ਸਾਰੀਆਂ ਮੁਸ਼ਕਿਲਾਂ ਦਾ ਰਾਮਬਾਣਾ ਹੈ ਨੁਸਖਾ ਤੁਸੀਂ ਇਹਨੂੰ ਇੱਕ ਵਾਰੀ ਜਦੋਂ ਬਣਾ ਕੇ ਦੇਖੋਗੇ ਤਾਂ ਤੁਹਾਨੂੰ ਪਤਾ ਲੱਗਣਾ ਹੈ ਕਿ ਦਵਾਈਆਂ ਤੋਂ ਵਧੀਆ ਹੈ ਕਿ ਜੇ ਆਪਾਂ ਇਹ ਘਰੇਲੂ ਨੁਸਖਾ ਅਪਣਾਈਏ ਤਾਂ ਇਹਦਾ ਜ਼ਿਆਦਾ ਫਾਇਦਾ ਹੈ ਸਾਡੇ ਸਰੀਰ ਨੂੰ ਕੋਈ ਨੁਕਸਾਨ ਵੀ ਨਹੀਂ ਤੇ ਇਹਨੂੰ ਤੁਸੀਂ ਲੈਣਾ ਕਿਵੇਂ ਆ ਕਿਸ ਤਰੀਕੇ ਦੇ ਨਾਲ ਖਾਣਾ ਆ ਇਹ ਸਾਰਾ ਕੁਝ ਮੈਂ ਅੱਗੇ ਵੀਡੀਓ ਦੇ ਵਿੱਚ ਤੁਹਾਡੇ ਨਾਲ ਗੱਲ ਸਾਂਝੀ ਕਰੂੰਗੀ ਤੇ ਤੁਸੀਂ ਇਹਨੂੰ ਗਰਮੀ ਦੇ ਵਿੱਚ ਜਾਂ ਸਰਦੀ ਜਿਵੇਂ ਹੁਣ ਸ਼ੁਰੂ ਹੋਣ ਲੱਗੀ ਆ ਦੋਨੋਂ ਮੌਸਮ ਦੇ ਵਿੱਚ ਹੀ ਇਹਨੂੰ ਬਣਾ ਕੇ ਲੈ ਸਕਦੇ ਹੋ ਇਹ ਨੁਸਖੇ ਨੂੰ ਬਣਾਉਣ ਲਈ ਸਭ ਤੋਂ ਪਹਿਲਾਂ ਸਾਨੂੰ ਸੁੱਕਾ ਹੋਇਆ ਨਾਰੀਅਲ ਚਾਹੀਦਾ ਆ ਇਹ ਜਿਹੜਾ ਨੁਸਖਾ ਸੁੱਕੇ ਨਾਰੀਅਲ ਦੇ ਨਾਲ ਹੀ ਬਣਾਉਣਾ ਆ ਇਹ ਇਦਾਂ ਦਾ ਤੁਸੀਂ ਇੱਕ ਝੋਟ ਲੈ ਲੈਣਾ ਆ ਇਹਦੇ ਵਿੱਚ ਦੇਖੋ ਸੁੱਕੇ ਨਾਰੀਅਲ ਦੇ ਬਹੁਤ ਜ਼ਿਆਦਾ ਫਾਇਦੇ ਹੁੰਦੇ ਆ ਇਹਦੇ ਵਿੱਚ ਕਾਪਰ ਭਰਪੂਰ ਮਾਤਰਾ ਦੇ ਵਿੱਚ ਪਾਇਆ ਜਾਂਦਾ ਜਿਹੜਾ ਕਿ ਦਿਮਾਗ ਨੂੰ ਤੇਜ਼ ਕਰਦਾ ਤੇ ਯਾਦਦਾਸ਼ਤ ਨੂੰ ਮਜ਼ਬੂਤ ਬਣਾਉਣ ਦੇ ਵਿੱਚ ਸਹਾਇਤਾ ਕਰਦਾ ਆ ਇਸ ਤੋਂ ਇਲਾਵਾ ਇਹਦੇ ਵਿੱਚ ਆਇਰਨ ਸਿਲੈਨੀਅਮ ਏ ਵੀ ਭਰਪੂਰ ਮਾਤਰਾ ਦੇ ਵਿੱਚ ਹੁੰਦਾ ਆ ਇਹ ਸਾਡੀਆਂ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਆ ਅੱਖਾਂ ਦੀ ਰੋਸ਼ਨੀ ਨੂੰ ਤੇਜ਼ ਕਰਦਾ ਆ ਤੇ ਉਹ ਸਰੀਰ ਦੇ ਨੂੰ ਵੀ ਸਾਡੇ ਨੂੰ ਮਜ਼ਬੂਤ ਬਣਾਉਂਦਾ ਆ ਇਹ ਜੋਟ ਨੂੰ ਅਸੀਂ ਵਿੱਚੋਂ ਦੀ ਐਦਾਂ ਇੱਕ ਇਹਦੇ ਹੋਲ ਕਰਨਾ ਇੱਕ ਇਹਦਾ ਸوراਖ ਕਰਨਾ ਹੈ ਤਿੱਖੀ ਕਰਦ ਲੈ ਲੈਣੀ ਹੈ ਤਿੱਖੀ ਕਰਦ ਦੇ ਨਾਲ ਸوراਖ ਜਿਹੜਾ ਆ ਜਿਆਦਾ ਵੱਡਾ ਨਹੀਂ ਕਰਨਾ ਆ ਦੇਖੋ ਹੁਣ ਇਸ ਝੋਟ ਨੂੰ ਭਰਨ ਲਈ ਸਾਨੂੰ ਚਾਹੀਦੀ ਹੈ ਖਸਖਸ ਖਸਖਸ ਜਾਨਕੀ ਨੂੰ ਪੋਪੀ ਸੀਡਸ ਵੀ ਕਹਿੰਦੇ ਆ ਖਸਖਸ ਦੇ ਵਿੱਚ ਪ੍ਰੋਟੀਨ ਤੇ omega 3 ਭਰਪੂਰ ਮਾਤਰਾ ਦੇ ਵਿੱਚ ਪਾਇਆ ਜਾਂਦਾ ਹੈ ਜਿਨ੍ਹਾਂ ਨੂੰ ਨੀਂਦ ਦੀ ਮੁਸ਼ਕਿਲ ਹੈ ਜਿਹਦਾ ਨੀਂਦ ਨਹੀਂ ਆਉਂਦੀ ਉਹਨਾਂ ਵਾਸਤੇ ਇਹ ਬਹੁਤ ਫਾਇਦਾ ਕਰਦੀ ਆ ਇਹ ਜਿਹੜੀ ਖਸਖਸਾ ਆਪਾਂ ਇਸ ਜੁੱਟ ਦੇ ਵਿੱਚ ਭਰਨੀ ਆ ਜਿਹੜਾ ਆਪਾਂ ਇਹਨੂੰ ਕੱਟਿਆ ਸੀ ਇਹਨੂੰ ਉੱਪਰ ਤਾਂ ਲਾ ਦੇਣਾ। ਬੰਦ ਕਰਨ ਤੋਂ ਬਾਅਦ ਥੋੜਾ ਜਿਹਾ ਆਟਾ ਲਿਆ ਆ। ਆਟੇ ਦੇ ਨਾਲ ਇਹਨੂੰ ਐਂ ਤਾਂ ਚੰਗੀ ਤਰ੍ਹਾਂ ਬੰਦ ਕਰਨਾ ਹੈ ਤਾਂ ਕਿ ਜਦੋਂ ਇਹਨੂੰ ਅਸੀਂ ਉਬਾਲੀਏ ਤਾਂ ਫਿਰ ਇਹ ਪਾਰ ਨਾ ਦਿੱਤੀ। ਖਸ ਖਸ। ਇਹਨੂੰ ਬਣਾਉਣ ਲਈ ਇੱਕ ਚੀਜ਼ ਦਾ ਹੁਣ ਤੁਸੀਂ ਧਿਆਨ ਰੱਖਣਾ ਹੈ। ਕਿ ਜਿਹੜੇ ਵੀ ਭਾਂਡੇ ਦੇ ਵਿੱਚ ਇਹਨੂੰ ਉਬਾਲਣਾ ਆ ਉਹ ਭਾਂਡੇ ਦੀ ਜਿਹੜੀ ਚੌੜਾਈ ਆ ਉਹ ਜ਼ਿਆਦਾ ਨਹੀਂ ਹੋਣੀ ਚਾਹੀਦੀ। ਕੜਾਈ ਦੇ ਵਿੱਚ ਨਹੀਂ ਤੁਸੀਂ ਇਹਨੂੰ ਬਣਾਉਣਾ ਕਿਉਂਕਿ ਇਹਨੂੰ ਬਣਾਉਣ ਲਈ ਆਪਾਂ ਨੂੰ 2.5 ਕਿਲੋ ਦੁੱਧ ਚਾਹੀਦਾ ਆ। ਸਭ ਤੋਂ ਪਹਿਲਾਂ ਆਪਾਂ 1 ਕਿਲੋ ਦੁੱਧ ਇਹਦੇ ਵਿੱਚ ਪਾ ਲੈਣਾ ਹੈ। ਦੁੱਧ ਜਿਹੜਾ ਤੁਸੀਂ ਫੁੱਲ ਕਰੀਮ ਵੀ ਲੈ ਸਕਦੇ ਹੋ, ਮਲਾਈ ਤਾਰ ਕੇ ਜਿਹੜਾ ਦੁੱਧ ਆ ਉਹ ਵੀ ਲੈ ਸਕਦੇ ਹੋ। ਇਹਦੇ ਨਾਲ ਸਾਨੂੰ ਕੋਈ ਨਹੀਂ। ਤੇ ਦੁੱਧ ਜਿਹੜਾ ਘੜ ਤੋਂ ਘੜ ਦੋ ਢਾਈ ਕਿਲੋ ਤੁਸੀਂ ਲੈਣਾ ਹੈ ਪਹਿਲਾਂ ਆਪਾਂ ਕਿਲੋ ਦੁੱਧ ਪਾਣਾ ਹੈ ਕਿਲੋ ਦੁੱਧ ਦੇ ਵਿੱਚ ਹੀ ਇਹਨੂੰ ਅਸੀਂ ਨਾਰੀਅਲ ਨੂੰ ਇਹਦੇ ਵਿੱਚ ਡਬੋ ਦੇਣਾ ਹੈ ਦੁੱਧ ਨੂੰ ਆਪਾਂ ਗੈਸ ਤੇ ਰੱਖਤਾ ਸੇਕ ਜਿਹੜਾ ਆ ਤੇਜ਼ ਕੀਤਾ ਆ ਤੇਜ਼ ਸੇਕ ਦੇ ਉੱਤੇ ਪਹਿਲਾਂ ਦੁੱਧ ਨੂੰ ਉਬਲਣ ਦਵਾਂਗੇ ਜਦੋਂ ਦੁੱਧ ਉਬਲਣ ਲੱਗ ਜੂਗਾ ਫਿਰ ਸੇਕ ਆਪਾਂ ਘੱਟ ਕਰ ਦੇਣਾ ਹੈ ਦੁੱਧ ਲੱਗ ਗਿਆ ਉਬਲਣ ਸੇਕ ਆਪਾਂ ਘੱਟ ਕਰਤਾ ਘੱਟ ਸੇਕ ਦੇ ਉੱਤੇ ਇਹਨੂੰ ਆਪਾਂ ਇੱਦਾਂ ਹੀ ਰਿਜਣ ਦੇਣਾ ਹੈ ਵਿੱਚੋਂ ਵਿੱਚੋਂ ਥੋੜਾ ਜਿਹਾ ਬਸ ਨਾਰੀਅਲ ਨੂੰ ਇਦਾਂ ਪਲਟਾ ਦੇਣਾ ਹੈ ਤਾਂ ਕਿ ਚਾਰੇ ਪਾਸਿਓਂ ਘੁੰਮ ਕੇ ਨਾਰੀਅਲ ਜਿਹੜਾ ਆ ਪੱਕੇ ਅੱਧਾ ਘੰਟਾ ਹੋ ਗਿਆ ਦੁੱਧ ਨੂੰ ਰਿਜਦੇ ਹੋਏ ਦੁੱਧ ਦੇਖੋ ਜਿਹੜਾ ਆ ਅੱਧਾ ਰਹਿ ਗਿਆ ਹੁਣ ਇਹਦੇ ਵਿੱਚ ਗਰਮ ਕਰਕੇ ਅੱਧਾ ਕਿਲੋ ਤੋਂ ਥੋੜਾ ਜਿਹਾ ਜ਼ਿਆਦਾ ਮੈਂ ਦੁੱਧ ਪਾਤਾ ਇਹਨੂੰ ਹੁਣ ਅੱਧਾ ਹੁਣ ਫੇਰ ਇਦਾਂ ਪੌਣਾ ਘੰਟਾ ਆਪਾਂ ਰਿਜਣ ਦੇਣਾ ਹੈ ਇਨੂੰ ਹਲਾਉਂਦੇ ਰਹਿਣਾ ਆ ਉੱਪਰ ਥੱਲੇ ਕਰਨਾ ਆ ਤਾਂ ਕਿ ਸਾਰੇ ਪਾਸਿਓਂ ਫਿਰ ਇਹ ਸਿਕੇ ਦੁੱਧ ਦੇਖੋ ਕਾਫੀ ਜ਼ਿਆਦਾ ਗੜ ਕੜ ਗਿਆ ਹੁਣ ਇਹਦੇ ਚ ਤਿੰਨ ਪਾਈਆ ਦੁੱਧ ਉਬਾਲ ਕੇ ਆਪਾਂ ਹੋਰ ਪਾਤਾ ਨਾਰੀਅਲ ਦਾ ਜੋਟ ਪਾ ਕੇ ਤਿਆਰ ਆ ਆ ਦੇਖੋ ਰੰਗ ਦੇਖੋ ਇਹਦਾ ਇੱਕਦਮ ਬਦਲ ਗਿਆ ਕਿਉਂਕਿ ਇਹਨੂੰ ਆਪਾਂ 2.5 ਘੰਟੇ ਲਈ ਰਜਾਇਆ ਆ ਸੇਕ ਆਪਾਂ ਰੱਖਿਆ ਸੀ మీడియం మీడియం ਸੇਕ ਦੇ ਉੱਤੇ ਇਹਨੂੰ ਪਰ ਜਾਂਦੇ ਰਹੇ ਤੇ 2.5 ਕਿਲੋ ਦੁੱਧ ਦਾ ਇਸਤੇਮਾਲ ਕੀਤਾ ਹੈ ਦੋ ਵਾਰੀ ਦੁੱਧ ਮੈਂ ਪਾਇਆ ਸੀ ਦੋਨੇ ਵਾਰੀ ਜਦੋਂ ਦੁੱਧ ਨੂੰ ਜੋ ਉਸੇ ਪਾਣਾ ਹੈ ਦੁੱਧ ਨੂੰ ਚੰਗੀ ਤਰ੍ਹਾਂ ਉਬਾਲ ਲੈਣਾ ਹੈ ਗਰਮ ਕਰਕੇ ਫਿਰ ਦੁੱਧ ਵਿੱਚ ਪਾਣਾ ਹੈ ਇਹ ਜਿਹੜੀ ਆਪਾਂ ਨੁਸਕਾ ਬਣਾਇਆ ਹੈ ਇਹ ਨੁਸਕੇ ਦਾ ਸੀਕ੍ਰੇਟ ਹੀ ਇਹ ਹੈ ਕਿ ਜਿੰਨਾ ਜ਼ਿਆਦਾ ਜੁਟ ਨੂੰ ਆਪਾਂ ਦੁੱਧ ਦੇ ਵਿੱਚ ਰਿਝਾਵਾਂਗੇ ਓਨਾ ਹੀ ਜ਼ਿਆਦਾ ਜਿਹੜਾ ਆ ਉਹ ਅਸਰਦਾਰ ਬਣ ਕੇ ਤਿਆਰ ਹੋਊਗਾ ਕਿਉਂਕਿ ਦੁੱਧ ਦੇ ਵਿੱਚ ਜਦੋਂ ਰਿੱਜੂਗਾ ਖਸ ਖਸ ਦਾ ਵੀ ਐਨ ਨਰਮ ਪੈ ਜਾਣੀਆਂ ਤੇ ਜਿਹੜਾ ਝੋਟਾ ਉਹ ਵੀ ਇੱਕਦਮ ਨਰਮ ਪੈ ਜਾਊਗਾ ਗੈਸ ਹੁਣ ਆਪਾਂ ਬੰਦ ਕਰ ਦੇਣੀ ਹੈ ਗੈਸ ਬੰਦ ਕਰਕੇ ਝੋਟ ਨੂੰ ਆਪਾਂ ਬਾਹਰ ਕੱਢ ਲੈਣਾ ਇਹਨੂੰ ਚੰਗੀ ਤਰ੍ਹਾਂ ਅਸੀਂ ਠੰਡਾ ਕਰ ਲੈਣਾ ਆ ਇਹ ਜਿਹੜਾ ਦੁੱਧ ਬਚ ਗਿਆ ਆ ਇਹ ਦੁੱਧ ਨੂੰ ਤੁਸੀਂ ਐਦੀ ਸ਼ੱਕਰ ਪਾ ਕੇ ਪੀ ਸਕਦੇ ਹੋ ਜਾਂ ਇਹਦੇ ਵਿੱਚ ਮਿੱਠੀਆਂ ਸੇਮੀਆਂ ਬਣਾ ਸਕਦੇ ਹੋ ਨਾਰੀਅਲ ਹੋ ਗਿਆ ਠੰਡਾ ਜਿਹੜਾ ਇਹਦੇ ਉੱਪਰ ਆਟਾ ਲੱਗਿਆ ਆ ਇਹਨੂੰ ਅਸੀਂ താറ ആണപ്പ ചീരലേണോ ਛੋਟਾ ਛੋਟਾ ਇਹਦੇ ਟੁਕੜੇ ਕਰ ਲੈਣੇ ਛੋਟੇ ਟੁਕੜਿਆਂ ਦੇ ਵਿੱਚ ਆਪਾਂ ਇਹਨੂੰ ਇਦਾਂ ਕੱਟ ਲਿਆ ਇਹਨੂੰ ਹੁਣ ਆਪਾਂ ਮਾਮ ਜਸਤੇ ਦੇ ਵਿੱਚ ਪੁੱਟਣਾ ਆ ਜੇ ਤੁਹਾਡੇ ਕੋਲ ਹੋਵੇ ਤਾਂ ਠੀਕ ਆ ਨਹੀਂ ਤੁਸੀਂ ਮਿਕਸੀ ਦੇ ਵਿੱਚ ਵੀ ਇਹਨੂੰ ਥੋੜਾ ਦਰਦਰਾ ਕੁੱਟ ਸਕਦੇ ਹੋ ਕੋਟਾ ਨੂੰ ਇਹੇ ਥੋੜਾ ਜਿਹਾ ਟਾਈਮ ਲੱਗਦਾ ਹੈ ਪਰ ਥੋੜੀ ਜੀ ਦਰਦਰੀ ਇਹ ਬਣਦੀ ਆ ਤੇ ਫਿਰ ਜਿਆਦਾ ਸਹੀ ਰਹਿੰਦੀ ਆ ਆ ਦੇਖੋ ਬਸ ਐਨਾ ਕੁ ਮੋਟਾ ਹੀ ਆਪਾਂ ਇਹਨੂੰ ਰੱਖਣਾ ਆ ਜਿਹੜੀ ਬਾਕੀ ਦੀ ਖਸਖਸ ਤੇ ਨਾਰੀਅਲ ਆ ਉਹਨੂੰ ਵੀ ਆਦੇ ਕੁੱਟ ਕੇ ਤਿਆਰ ਕਰ ਲੈਣਾ ਨਾਰੀਅਲ ਤੇ ਖਸਖਸ ਕੁੱਟ ਕੇ ਤਿਆਰ ਆ ਥੋੜਾ ਜਿਹਾ ਇਹਨੂੰ ਪੈ ਤਾਂ ਦਰਦਰਾ ਹੀ ਰੱਖਿਆ ਆ ਇਨੂੰ ਬਹੁਤ ਜ਼ਿਆਦਾ ਬਰੀਕ ਨਹੀਂ ਕਰਨਾ ਜੇ ਤੁਸੀਂ ਮਿਕਸੀ ਦੇ ਵਿੱਚ ਵੀ ਪੀਸਦੇ ਹੋ ਤਾਂ ਵੀ ਇਹਨੂੰ ਥੋੜਾ ਜਿਹਾ ਏਦਾਂ ਦਰਤਰਾਈ ਰੱਖਣਾ ਆ ਹੁਣ ਆਪਾਂ ਗੱਲ ਕਰਾਂਗੇ ਕਿ ਇਹਨੂੰ ਲੈਣਾ ਕਿਵੇਂ ਆ ਜਿਨ੍ਹਾਂ ਨੂੰ ਸ਼ੂਗਰ ਆ ਜਾਂ ਬੀਪੀ ਦੀ ਕੋਈ ਪ੍ਰੋਬਲਮ ਆ ਉਹ ਇਹਦੇ ਵਿੱਚ ਕੁਝ ਨਾ ਪਾਣ ਇਹਨੂੰ ਏਦਾਂ ਜਿਵੇਂ ਹੁਣ ਆਪਾਂ ਕੁੱਟਿਆ ਆ ਇਸੇ ਤਰ੍ਹਾਂ ਲੈ ਸਕਦੇ ਆ ਕੋਈ ਇਹਦੇ ਵਿੱਚ ਖੰਡ ਨਹੀਂ ਪਾਣੀ ਜਾਂ ਸ਼ੱਕਰ ਨਹੀਂ ਪਾਣੀ ਇੱਕ ਚਮਚਾ ਭਰ ਕੇ ਰਾਤ ਨੂੰ ਲੈਣਾ ਆ ਤੇ ਗਾਂ ਦੇ ਦੁੱਧ ਦੇ ਨਾਲ ਲੈਣਾ ਆ ਇਨੂੰ ਖਾਣ ਦੇ ਨਾਲ ਨੀਂਦ ਆਂਦੀ ਹੈ ਕਿਉਂਕਿ ਖਸ ਖਸ ਜਿਹੜੀ ਆ ਨੀਂਦ ਲਈ ਇਹ ਬਹੁਤ ਵਧੀਆ ਹੁੰਦੀ ਹੈ ਤੇ ਇਸ ਕਰਕੇ ਹਮੇਸ਼ਾ ਜਦੋਂ ਵੀ ਇਹਨੂੰ ਲੈਣਾ ਹੈ ਤੇ ਰਾਤ ਨੂੰ ਹੀ ਲੈਣਾ ਹੈ ਰਾਤ ਨੂੰ ਸੌਣ ਲੱਗੇ ਘੰਟਾ ਡੇਢ ਘੰਟਾ ਪਹਿਲਾਂ ਤੁਸੀਂ ਇਹਨੂੰ ਲੈ ਸਕਦੇ ਹੋ ਜੇ ਤੁਸੀਂ ਇਹਨੂੰ ਗਰਮੀਆਂ ਦੇ ਵਿੱਚ ਬਣਾਉਨੇ ਹੋ ਤਾਂ ਫਿਰ ਤੁਸੀਂ ਕੀ ਕਰਨਾ ਹੈ ਧਾਗੇ ਵਾਲੀ ਮਿਸ਼ਰੀ ਲੈ ਕੇ ਉਹਨੂੰ ਬਰੀਕ ਪੀਸ ਲੈਣਾ ਹੈ ਪੀਸ ਕੇ ਤੁਸੀਂ ਇਹਦੇ ਵਿੱਚ ਆਪਣੇ ਸਵਾਦ ਦੇ ਹਿਸਾਬ ਨਾਲ ਪਾ ਸਕਦੇ ਹੋ ਤੇ ਹੁਣ ਜਿਵੇਂ ਸਰਦੀ ਦਾ ਮੌਸਮ ਹੈ ਤੇ ਮੈਂ ਇਹਦੇ ਵਿੱਚ ਸ਼ੱਕਰ ਮਿਲਾਉਣ ਲੱਗੀ ਆ 6 ਕ ਚਮਚੇ ਜਿਹੜੇ ਆ ਸ਼ੱਕਰ ਦੇ ਮੈਂ ਲਏ ਆ ਬਾਕੀ ਤੁਸੀਂ ਆਪਣੇ ਸਵਾਦ ਦੇ ਹਿਸਾਬ ਨਾਲ ਜਿੰਨਾ ਕਿ ਮਿੱਠਾ ਖਾਣਾ ਪਸੰਦ ਕਰਦੇ ਹੋ ਉਹਨਾਂ ਤੁਸੀਂ ਇਹਦੇ ਵਿੱਚ ਮਿਲਾ ਲੈਣਾ ਹੈ ਸ਼ੱਕਰ ਨੂੰ ਮਿਲਾ ਲਿਆ ਕਿਹੜਾ ਮਿਲਾ ਕੇ ਹੁਣ ਇਹਨੂੰ ਤੁਸੀਂ ਕਿਸੇ ਵੀ ਡੱਬੇ ਦੇ ਵਿੱਚ ਭਰ ਕੇ ਜੇ ਤੁਸੀਂ ਫ੍ਰਿਜ ਦੇ ਵਿੱਚ ਰੱਖਦੇ ਹੋ ਤਾਂ 1 ਮਹੀਨੇ ਤੱਕ ਇਹਨੂੰ ਸਟੋਰ ਕਰ ਸਕਦੇ ਹੋ ਜੇ ਬਾਹਰ ਹੀ ਰੱਖਦੇ ਹੋ ਤਾਂ 15 ਦਿਨਾਂ ਲਈ ਇਹਨੂੰ ਤੁਸੀਂ ਸਟੋਰ ਕਰਕੇ ਰੱਖ ਸਕਦੇ ਹੋ ਜੇ ਛੋਟੇ ਬੱਚਿਆਂ ਨੂੰ ਜਿਵੇਂ ਤੁਸੀਂ ਉਹਨਾਂ ਬੱਚਿਆਂ ਨੂੰ ਦਿੰਦੇ ਹੋ 10 ਸਾਲ ਤੋਂ ਲੈ ਕੇ 15-16 ਸਾਲ ਤੱਕ ਤੈਨੂੰ ਫਿਰ ਤੁਸੀਂ ਉਹਨਾਂ ਨੂੰ ਅੱਧਾ ਚਮਚਾ ਦੇਣਾ ਹੈ ਆਪ ਤੁਸੀਂ ਜਿਹੜਾ ਇਹ ਚਮਚਾ ਹੈਦਾ ਪੂਰਾ ਭਰ ਕੇ ਲੈਣਾ ਹੈ ਤੇ ਗਾਂ ਦੇ ਦੁੱਧ ਦੇ ਨਾਲ ਲੈਣਾ ਹੈ ਇਸੇ ਤਰੀਕੇ ਦੇ ਨਾਲ ਤੁਸੀਂ ਇਹਨੂੰ ਬਣਾਇਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਚੈਨਲ ਤੇ ਪਹਿਲੀ ਵਾਰੀ ਆ ਕੇ ਵੀਡੀਓ ਦੇਖਦੇ ਪਿਓ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਇਓ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ